ਇਹਦੇ ਵਿੱਚ ਸਰ ਮਾਨਯੋਗ ਮਾਨਸਾ ਕੋਰਟ ਦੇ ਵਿੱਚ ਮੈਡਮ ਸ਼ਾਹਿਨ ਜੱਜ ਦੇ ਕੇਸ ਚੱਲਦਾ ਹੈਗਾ ਸਟੇਟ ਵਰਸ ਮਨਪ੍ਰੀਤ ਭਾਊ ਦੇ ਨਾਮ 'ਤੇ। ਉਹਦੇ ਵਿੱਚ ਚਾਰਜ ਦੀ ਸਟੇਜ 'ਤੇ ਚੱਲ ਰਿਹਾ ਸਰ, ਚਾਰਜ 'ਤੇ ਬਹਿਸ ਚੱਲ ਰਹੀ। ਉਹਦੇ ਵਿੱਚ ਅਸੀਂ ਲਾਰੈਂਸ ਬਿਸ਼ਨੋਈ ਨੂੰ ਡਿਸਚਾਰਜ ਕਰਨ ਦੀ ਸਰ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਜੀ। ਕੀ ਕੁਛ ਹੈਗਾ ਉਸ ਪਟੀਸ਼ਨ ਦੇ ਵਿੱਚ ਅਤੇ ਕਿਉਂ ਇਹ ਗੱਲਾਂ, ਮਤਲਬ ਯੂ ਟਰਨ ਕਿਸ ਤਰੀਕੇ ਨਾਲ ਆਇਆ ਸਰ? ਇਹਦੇ ਵਿੱਚ ਅਸੀਂ ਲਾਰੈਂਸ ਦੇ ਖਿਲਾਫ ਕੋਈ ਵੀ ਡਾਇਰੈਕਟ ਐਵੀਡੈਂਸ ਨਹੀਂ। ਉਹ ਜਦੋਂ ਮਰਡਰ ਹੋਇਆ ਉਦੋਂ ਵੀ ਉਹ ਜੁਡੀਸ਼ਲ ਕਸਟਡੀ 'ਚ ਸੀ, ਅਤੇ ਬਾਕੀ ਜਿਹੜੇ ਹੋਰ ਬਾਕੀ ਇਹਦੇ ਕੋ ਅਕਿਊਜ਼ ਨੇ ਇਸ ਕੇਸ ਦੇ ਵਿੱਚ, ਉਹਨਾਂ ਦੀ ਕੋਈ ਆਪਣਾ ਡਾਇਰੈਕਟ ਕਿਤੇ ਮੁਲਾਕਾਤ ਜਾਂ ਕਦੇ ਵੀ ਕੋਈ ਮੀਟਿੰਗ ਆਫ ਮਾਇੰਡਸ ਇਕੱਠਿਆਂ ਦੀ ਕਿਤੇ ਕੋਈ ਨਹੀਂ ਪ੍ਰੂਵ ਹੁੰਦਾ। ਇਸ ਕਰਕੇ ਅਸੀਂ ਇਹ ਐਪਲੀਕੇਸ਼ਨ ਫਾਈਲ ਕੀਤੀ ਹੈ। ਸੋਸ਼ਲ ਮੀਡੀਆ 'ਤੇ ਹਵਾਲਾ ਦਿੱਤਾ ਗਿਆ ਸੀ, ਸਾਰੇ ਇੰਟਰਵਿਊ ਦੇ ਵਿੱਚ ਵੀ ਕਿਹਾ ਗਿਆ ਸੀ ਵੀ ਲਾਰੈਂਸ ਨੇ ਸਭ ਕੁਝ ਕਰਾਇਆ, ਫਿਰ ਕਿਉਂ ਹੁਣ ਬਚਾਅ ਕੀਤਾ ਜਾ ਰਿਹਾ? ਨਹੀਂ ਸਰ, ਦੇਖੋ ਸੋਸ਼ਲ ਮੀਡੀਆ ਕੋਲ ਤਾਂ ਕੋਈ ਫੈਸਲਾ ਕਰਨ ਦਾ ਅਧਿਕਾਰ ਨਹੀਂ, ਫੈਸਲਾ ਤਾਂ ਅਦਾਲਤਾਂ ਨੇ ਕਰਨਾ ਜੀ। ਜਦੋਂ ਕਿਸੇ ਵੀ ਇਨਸਾਨ ਨੂੰ ਕੋਈ ਲੱਗਦਾ ਹੈਗਾ ਵੀ ਮੈਨੂੰ ਅਦਾਲਤ 'ਚ ਜਾਣਾ ਚਾਹੀਦਾ ਤਾਂ ਉਹ ਅਦਾਲਤ 'ਚ ਅਪੀਅਰ ਹੁੰਦਾ। ਕਦੋਂ ਤਰੀਕ ਹੈ ਅਤੇ ਕੀ ਮੰਗਿਆ ਗਿਆ ਇਹਦੇ ਵਿੱਚ? ਸਰ 5 ਜਨਵਰੀ 2024 ਅੱਗੇ ਤਰੀਕ ਤੈਅ ਹੋਈ ਹੈਗੀ, ਉਹ 'ਤੇ ਸਾਡੀ ਐਪਲੀਕੇਸ਼ਨ 'ਤੇ ਮਦਈ ਧਰਨੇ 'ਤੇ ਸਰਕਾਰ ਨੇ ਰਿਪਲਾਈ ਦੇਣਾ। ਜੇਲ੍ਹਾਂ ਦੇ ਵਿੱਚ ਪਲਾਨਿੰਗ, ਸਾਹਮਣੇ ਜਿਹੜੇ ਬਿਆਨ ਵੀ ਹੋਏ ਨੇ ਪੁਲਿਸ ਰਿਮਾਂਡ ਦੇ ਦੌਰਾਨ ਵੀ ਪੁੱਛਗਿੱਛ 'ਚ ਦੱਸਿਆ ਗਿਆ ਵੀ ਜੇਲ੍ਹਾਂ ਦੇ ਵਿੱਚ ਪਲਾਨਿੰਗ ਹੋਈ, ਤਾਂ ਫਿਰ ਕਿਸ ਤਰੀਕੇ ਨਾਲ ਉਠਲਾਇਆ ਜਾਊ ਉਹਨਾਂ ਗੱਲਾਂ? ਜੇਲ੍ਹ ਦੇ ਵਿੱਚ ਸਰ ਜਦੋਂ ਇਹ ਜਿਸ ਟਾਈਮ ਇਹ ਤਿਹਾੜ ਜੇਲ੍ਹ ਦੇ ਵਿੱਚ ਜਿਹੜੀ ਬੈਰਕ ਦੇ ਵਿੱਚ ਸੀ, ਉੱਥੇ ਹੋਰ ਕੋਈ ਵੀ 25 ਜਣਿਆਂ 'ਚੋਂ ਕੋਈ ਵੀ ਹੋਰ ਦੋਸ਼ੀ ਇਹਦੇ ਨਾਲ ਹੈ ਨਹੀਂ ਸੀ। ਇਹ ਅਤੇ ਜਗਦੀਪ ਭਗਵਾਨਪੁਰੀਆ ਦੋਨੋਂ ਸੀ ਤਿਹਾੜ ਜੇਲ੍ਹ ਦੇ ਵਿੱਚ, ਉਹ ਅਲੱਗ ਬੈਰਕ 'ਚ ਸੀ, ਇਹ ਅਲੱਗ ਬੈਰਕ 'ਚ ਸੀ, ਕੋਈ ਇਹਦੇ ਨਾਲ ਨਹੀਂ ਗਾ ਜੀ। ਪਲੈਨਿੰਗ ਦਾ ਉਹੀ ਅਸੀਂ ਇਸੇ ਕਰਕੇ ਅਸੀਂ ਆਪਣਾ ਪੱਖ ਰੱਖਿਆ ਗਾ ਵੀ ਕੋਈ ਪਲੈਨਿੰਗ ਦਾ ਪਰੂਫ ਹੈ ਨਹੀਂ ਗਾ। ਸੋਸ਼ਲ ਮੀਡੀਆ ਇਹ, ਮਤਲਬ ਜੇ ਸਿੱਧੂ ਦੇ ਪਿਤਾ ਦੀ ਗੱਲ ਦੱਸੀ ਜਾਵੇ ਤਾਂ ਇਹ ਵੀ ਸਾਹਮਣੇ ਆ ਰਿਹਾ ਵੀ ਡਰ ਹੁਣ ਸਤਾਉਣ ਲੱਗ ਗਿਆ ਕਿਤੇ ਨਾ ਕਿਤੇ। ਚਲੋ ਜੇ ਕੋਈ ਬੰਦਾ ਜੀ ਅਦਾਲਤ 'ਚ ਜਾਂਦਾ ਉਹ ਡਰਪੋਕ ਤਾਂ ਨਹੀਂ ਹੁੰਦਾ, ਹਰ ਬੰਦੇ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈਗਾ। ਇਹਦੇ ਵਿੱਚ ਸਰ ਮਾਨਯੋਗ ਮਾਨਸਾ ਕੋਰਟ ਦੇ ਵਿੱਚ ਮੈਡਮ ਸ਼ਾਹਿਨ ਜੱਜ ਦੇ ਕੇਸ ਚੱਲਦਾ ਹੈਗਾ ਸਟੇਟ ਵਰਸ ਮਨਪ੍ਰੀਤ ਭਾਊ ਦੇ ਨਾਮ 'ਤੇ। ਉਹਦੇ ਵਿੱਚ ਚਾਰਜ ਦੀ ਸਟੇਜ 'ਤੇ ਚੱਲ ਰਿਹਾ ਸਰ, ਚਾਰਜ 'ਤੇ ਬਹਿਸ ਚੱਲ ਰਹੀ। ਉਹਦੇ ਵਿੱਚ ਅਸੀਂ ਲਾਰੈਂਸ ਬਿਸ਼ਨੋਈ ਨੂੰ ਡਿਸਚਾਰਜ ਕਰਨ ਦੀ ਸਰ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਜੀ। ਕੀ ਕੁਛ ਹੈਗਾ ਉਸ ਪਟੀਸ਼ਨ ਦੇ ਵਿੱਚ ਅਤੇ ਕਿਉਂ ਇਹ ਗੱਲਾਂ, ਮਤਲਬ ਯੂ ਟਰਨ ਕਿਸ ਤਰੀਕੇ ਨਾਲ ਆਇਆ? ਨਹੀਂ ਸਰ, ਇਹਦੇ ਵਿੱਚ ਅਸੀਂ ਲਾਰੈਂਸ ਦੇ ਖਿਲਾਫ ਕੋਈ ਵੀ ਡਾਇਰੈਕਟ ਐਵੀਡੈਂਸ ਨਹੀਂ। ਉਹ ਜਦੋਂ ਮਰਡਰ ਹੋਇਆ ਉਦੋਂ ਵੀ ਉਹ ਜੁਡੀਸ਼ਲ ਕਸਟਡੀ 'ਚ ਸੀ, ਅਤੇ ਬਾਕੀ ਜਿਹੜੇ ਹੋਰ ਬਾਕੀ ਇਹਦੇ ਕੋ ਅਕਿਊਜ਼ ਨੇ ਇਸ ਕੇਸ ਦੇ ਵਿੱਚ, ਉਹਨਾਂ ਦੀ ਕੋਈ ਆਪਣਾ ਡਾਇਰੈਕਟ ਕਿਤੇ ਮੁਲਾਕਾਤ ਜਾਂ ਕਦੇ ਵੀ ਕੋਈ ਮੀਟਿੰਗ ਆਫ ਮਾਇੰਡਸ ਇਕੱਠਿਆਂ ਦੀ ਕਿਤੇ ਕੋਈ ਨਹੀਂ ਪ੍ਰੂਵ ਹੁੰਦਾ। ਇਸ ਕਰਕੇ ਅਸੀਂ ਇਹ ਐਪਲੀਕੇਸ਼ਨ ਫਾਈਲ ਕੀਤੀ ਹੈ। ਸੋਸ਼ਲ ਮੀਡੀਆ 'ਤੇ ਹਵਾਲਾ ਦਿੱਤਾ ਗਿਆ ਸੀ, ਸਾਰੇ ਇੰਟਰਵਿਊ ਦੇ ਵਿੱਚ ਵੀ ਕਿਹਾ ਗਿਆ ਸੀ ਵੀ ਲਾਰੈਂਸ ਨੇ ਸਭ ਕੁਝ ਕਰਾਇਆ, ਫਿਰ ਕਿਉਂ ਹੁਣ ਬਚਾਅ ਕੀਤਾ ਜਾ ਰਿਹਾ? ਨਹੀਂ ਸਰ, ਦੇਖੋ ਸੋਸ਼ਲ ਮੀਡੀਆ ਕੋਲ ਤਾਂ ਕੋਈ ਫੈਸਲਾ ਕਰਨ ਦਾ ਅਧਿਕਾਰ ਨਹੀਂ, ਫੈਸਲਾ ਤਾਂ ਅਦਾਲਤਾਂ ਨੇ ਕਰਨਾ ਜੀ। ਜਦੋਂ ਕਿਸੇ ਵੀ ਇਨਸਾਨ ਨੂੰ ਕੋਈ ਲੱਗਦਾ ਹੈਗਾ ਵੀ ਮੈਨੂੰ ਅਦਾਲਤ 'ਚ ਜਾਣਾ ਚਾਹੀਦਾ ਤਾਂ ਉਹ ਅਦਾਲਤ 'ਚ ਅਪੀਅਰ ਹੁੰਦਾ। ਕਦੋਂ ਤਰੀਕ ਹੈ ਅਤੇ ਕੀ ਮੰਗਿਆ ਗਿਆ ਇਹਦੇ ਵਿੱਚ? ਸਰ 5 ਜਨਵਰੀ 2024 ਅੱਗੇ ਤਰੀਕ ਤੈਅ ਹੋਈ ਹੈਗੀ, ਉਹ 'ਤੇ ਸਾਡੀ ਐਪਲੀਕੇਸ਼ਨ 'ਤੇ ਮਦਈ ਧਰਨੇ 'ਤੇ ਸਰਕਾਰ ਨੇ ਰਿਪਲਾਈ ਦੇਣਾ। ਜੇਲ੍ਹਾਂ ਦੇ ਵਿੱਚ ਪਲਾਨਿੰਗ, ਸਾਹਮਣੇ ਜਿਹੜੇ ਬਿਆਨ ਵੀ ਹੋਏ ਨੇ ਪੁਲਿਸ ਰਿਮਾਂਡ ਦੇ ਦੌਰਾਨ ਵੀ ਪੁੱਛਗਿੱਛ 'ਚ ਦੱਸਿਆ ਗਿਆ ਵੀ ਜੇਲ੍ਹਾਂ ਦੇ ਵਿੱਚ ਪਲਾਨਿੰਗ ਹੋਈ, ਤਾਂ ਫਿਰ ਕਿਸ ਤਰੀਕੇ ਨਾਲ ਉਠਲਾਇਆ ਜਾਊ ਉਹਨਾਂ ਗੱਲਾਂ? ਜੇਲ੍ਹ ਦੇ ਵਿੱਚ ਸਰ ਜਦੋਂ ਇਹ ਜਿਸ ਟਾਈਮ ਇਹ ਤਿਹਾੜ ਜੇਲ੍ਹ ਦੇ ਵਿੱਚ ਜਿਹੜੀ ਬੈਰਕ ਦੇ ਵਿੱਚ ਸੀ, ਉੱਥੇ ਹੋਰ ਕੋਈ ਵੀ 25 ਜਣਿਆਂ 'ਚੋਂ ਕੋਈ ਵੀ ਹੋਰ ਦੋਸ਼ੀ ਇਹਦੇ ਨਾਲ ਹੈ ਨਹੀਂ ਸੀ। ਇਹ ਅਤੇ ਜਗਦੀਪ ਭਗਵਾਨਪੁਰੀਆ ਦੋਨੋਂ ਸੀ ਤਿਹਾੜ ਜੇਲ੍ਹ ਦੇ ਵਿੱਚ, ਉਹ ਅਲੱਗ ਬੈਰਕ 'ਚ ਸੀ, ਇਹ ਅਲੱਗ ਬੈਰਕ 'ਚ ਸੀ, ਕੋਈ ਇਹਦੇ ਨਾਲ ਨਹੀਂ ਗਾ ਜੀ। ਪਲੈਨਿੰਗ ਦਾ ਉਹੀ ਅਸੀਂ ਇਸੇ ਕਰਕੇ ਅਸੀਂ ਆਪਣਾ ਪੱਖ ਰੱਖਿਆ ਗਾ ਵੀ ਕੋਈ ਪਲੈਨਿੰਗ ਦਾ ਪਰੂਫ ਹੈ ਨਹੀਂ ਗਾ। ਸੋਸ਼ਲ ਮੀਡੀਆ ਇਹ, ਮਤਲਬ ਜੇ ਸਿੱਧੂ ਦੇ ਪਿਤਾ ਦੀ ਗੱਲ ਦੱਸੀ ਜਾਵੇ ਤਾਂ ਇਹ ਵੀ ਸਾਹਮਣੇ ਆ ਰਿਹਾ ਵੀ ਡਰ ਹੁਣ ਸਤਾਉਣ ਲੱਗ ਗਿਆ ਕਿਤੇ ਨਾ ਕਿਤੇ। ਚਲੋ ਜੇ ਕੋਈ ਬੰਦਾ ਜੀ ਅਦਾਲਤ 'ਚ ਜਾਂਦਾ ਉਹ ਡਰਪੋਕ ਤਾਂ ਨਹੀਂ ਹੁੰਦਾ, ਹਰ ਬੰਦੇ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈਗਾ।